ਦੋਸਤੋ, ਪੰਜਾਬੀ ਸਿਨੇਮਾ ਫਾਰ ਯੂ ਅਤੇ ਮੈਂ ਇਕਬਾਲ ਸਿੰਘ ਚਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅਤੇ ਮੈਂ ਹਾਜ਼ਰ ਹਾਂ ਆਪਣਾ ਪ੍ਰੋਗਰਾਮ ਲੈ ਕੇ ਗੱਲਾਂ ਸਿਨੇਮੇ ਦੀਆਂ, ਸਿਨੇਮਾ ਟਾਕ। ਸਿਨੇਮਾ ਟਾਕ ਵਿੱਚ ਆਪਾਂ ਸਿਨੇਮੇ ਦੀ ਕਾਰਗੁਜ਼ਾਰੀ ਦੀ ਗੱਲ ਕਰਾਂਗੇ। ਪਿਛਲੇ ਹਫ਼ਤੇ ਦੋ ਫਿਲਮਾਂ ਲੱਗੀਆਂ ਸਨ, ਇੱਕ ਪੰਜਾਬੀ ਦੀ ਵੱਡੀ ਫਿਲਮ ਅਤੇ ਇੱਕ ਸਾਊਥ ਦੀ ਬਹੁਤ ਵੱਡੀ ਫਿਲਮ ਜਿਹੜੀ ਹਿੰਦੀ ਵਿੱਚ ਵੀ ਡੱਬ ਹੋਈ। ਇਹਨਾਂ ਦੋਹਾਂ ਫਿਲਮਾਂ ਦੀ ਸਿਨੇਮੇ ਵਿੱਚ ਕਾਰਗੁਜ਼ਾਰੀ ਵਧੀਆ ਰਹੀ ਹੈ ਅਤੇ ਇਸ ਬਾਰੇ ਵਿਸਥਾਰ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਹਮੇਸ਼ਾ ਦੀ ਤਰ੍ਹਾਂ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਸਬਸਕ੍ਰਾਈਬਰ ਨਹੀਂ ਬਣੇ ਤਾਂ ਵੀਡੀਓ ਖਤਮ ਹੋਣ 'ਤੇ ਇੱਕ ਉਂਗਲੀ ਸਬਸਕ੍ਰਾਈਬਰ 'ਤੇ ਲਾਉਣੀ ਆ ਅਤੇ ਇੱਕ ਉਂਗਲੀ ਘੰਟੀ 'ਤੇ ਲਾਉਣੀ ਆ। ਇਸ ਤਰ੍ਹਾਂ ਕਰਨ ਨਾਲ ਸਾਡੇ ਹਰ ਅਪਲੋਡ ਹੋਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਫੌਰਨ ਪਹੁੰਚ ਜਾਇਆ ਕਰਨੀ ਹੈ ਅਤੇ ਸਾਡਾ ਅਤੇ ਤੁਹਾਡਾ ਰਾਬਤਾ ਬਣਿਆ ਰਿਹਾ ਕਰਨਾ ਹੈ। ਅਤੇ ਹੁਣ ਆਪਾਂ ਆਉਂਦੇ ਹਾਂ ਸਿਨੇਮੇ ਦੀਆਂ ਗੱਲਾਂ ਵੱਲ। ਦੋਸਤੋ, ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਲੱਗਣ ਤੋਂ ਪਹਿਲਾਂ ਹੀ ਇਹਦੀ ਹਿੱਟ ਬਾਰੇ ਸਾਰਿਆਂ ਨੂੰ ਵਿਸ਼ਵਾਸ ਸੀ, ਕਿਉਂਕਿ ਦਿਲਜੀਤ ਦੋਸਾਂਝ ਥੋਕ ਦੇ ਭਾਅ ਫਿਲਮਾਂ ਨਹੀਂ ਕਰਦਾ। ਉਹ ਸਾਲ ਵਿੱਚ ਇੱਕ ਅੱਧੀ ਫਿਲਮ ਕਰਦਾ ਹੈ ਅਤੇ ਉਹਦੀ ਮੇਕਿੰਗ, ਉਹਦੀ ਪ੍ਰੈਜੈਂਟੇਸ਼ਨ, ਉਹਦੀ ਪ੍ਰਮੋਸ਼ਨ ਸਭ ਕੁਛ ਟੌਪ 'ਤੇ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਅੱਜ ਪੰਜਾਬੀ ਸਿਨੇਮੇ ਦਾ ਸਭ ਤੋਂ ਵੱਡਾ ਸੁਪਰਸਟਾਰ ਹੈ ਅਤੇ ਉਹਦੀ ਫਿਲਮ ਸਫਲਤਾ ਦੀ ਗਰੰਟੀ ਹੁੰਦੀ ਹੈ। ਦੋਸਤੋ, ਤੁਸੀਂ ਸਾਡੇ ਰਿਵਿਊਜ਼ ਵੀ ਸੁਣ ਲਏ ਹੋਣੇ ਆ, ਹੋਰ ਲੋਕਾਂ ਦੇ ਵੀ ਸੁਣ ਲਏ ਹੋਣੇ ਆ, ਸਾਡੇ ਦਰਸ਼ਕਾਂ ਦੇ ਕਮੈਂਟ ਵੀ ਵੇਖ ਲਏ ਹੋਣੇ ਆ ਅਤੇ ਕੁੱਲ ਮਿਲਾ ਕੇ ਸਿੱਟਾ ਤਾਂ ਇਹੀ ਨਿਕਲਦਾ ਕਿ ਇਹ ਫਿਲਮ ਪਹਿਲੀਆਂ ਦੋ ਫਿਲਮਾਂ ਨਾਲੋਂ ਹਲਕੀ ਹੈ। ਕੁਛ ਅੰਧ ਭਗਤ ਵੀ ਹੁੰਦੇ ਆ, ਉਹਨਾਂ ਨੇ ਸਾਨੂੰ ਗਾਲਾਂ ਵੀ ਕੱਢੀਆਂ, ਦੂਜੇ ਲੋਕਾਂ ਨੂੰ ਵੀ ਕੱਢਦੇ ਹੋਣਗੇ। ਅਸੀਂ ਫਿਲਮ ਨੂੰ ਮਾੜੀ ਨਹੀਂ ਕਹਿੰਦੇ, ਇੱਕ ਐਂਟਰਟੇਨਿੰਗ ਫਿਲਮ ਆ, ਲੇਕਿਨ ਜੇ ਤੁਲਨਾ ਪਹਿਲੇ ਭਾਗਾਂ ਨਾਲ ਕਰੀਏ ਤਾਂ ਉਹਨਾਂ ਤੋਂ ਇਹ ਫਿਲਮ ਕਾਫੀ ਹਲਕੀ ਆ। ਪਹਿਲੇ ਭਾਗ ਦੋਨੋਂ ਹੀ ਬੜੇ ਜ਼ਬਰਦਸਤ ਸੀ, ਪਰ ਜਿਹਨਾਂ ਦਰਸ਼ਕਾਂ ਨੂੰ ਦਿਲਜੀਤ ਤੋਂ ਇੱਕ ਵਧੀਆ ਅਤੇ ਸਿਚੁਏਸ਼ਨਲ ਕਾਮੇਡੀ ਦੀ ਉਡੀਕ ਹੁੰਦੀ ਆ, ਉਹਨਾਂ ਨੂੰ ਥੋੜ੍ਹੀ ਜਿਹੀ ਨਿਰਾਸ਼ਤਾ ਜ਼ਰੂਰ ਹੋਈ ਆ। ਹੋ ਸਕਦਾ ਫਿਲਮ ਦਾ ਡਾਇਰੈਕਟਰ ਬਦਲ ਗਿਆ ਸੀ, ਇਹ ਵੀ ਕਾਰਨ ਹੋ ਸਕਦਾ ਆ। ਹਾਂ, ਸੱਚ ਇੱਥੇ ਮੈਂ ਇਹ ਗੱਲ ਵੀ ਕਰਨੀ ਚਾਹਾਂਗਾ ਕਿ ਆਪਣੀ ਸਮੀਖਿਆ ਵਿੱਚ ਮੈਂ ਕਿਹਾ ਸੀ ਵੀ ਜਗਦੀਪ ਸਿੱਧੂ ਦੀ ਇਹ ਸ਼ਾਇਦ ਪਹਿਲੀ ਕਾਮੇਡੀ ਫਿਲਮ ਹੈ। ਮੈਂ ਆਪਣੀ ਗਲਤੀ ਦਰੁਸਤ ਕਰਦਾ ਹਾਂ, ਇਹ ਉਸਦੀ ਪਹਿਲੀ ਕਾਮੇਡੀ ਫਿਲਮ ਨਹੀਂ ਸੀ। ਬਹੁਤ ਸਾਰੇ ਦਰਸ਼ਕਾਂ ਨੇ ਕਮੈਂਟਸ ਵਿੱਚ ਵੀ ਕਿਹਾ ਹੈ ਕਿ ਉਸਦੀ ਪਹਿਲੀ ਕਾਮੇਡੀ ਫਿਲਮ ਛੜਾ ਸੀ। ਦੋਸਤੋ, ਮੈਂ ਵੀ ਦੇਖੀ ਸੀ, ਛੜਾ ਦਾ ਮੈਂ ਰਿਵਿਊ ਵੀ ਕੀਤਾ ਸੀ ਅਤੇ ਉਹ ਤਾਂ ਬਹੁਤ ਹੀ ਘਟੀਆ ਫਿਲਮ ਸੀ। ਮਤਲਬ ਜੇਕਰ ਦਿਲਜੀਤ ਦੋਸਾਂਝ ਦੀਆਂ ਮਾੜੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਛੜਾ ਫਿਲਮ ਉਸਦੀ ਸਭ ਤੋਂ ਮਾੜੀ ਫਿਲਮ ਸੀ, ਜੇ ਫਿਲਮ ਦੀ ਕਸੌਟੀ ਬਾਰੇ ਆਪਾਂ ਗੱਲ ਕਰਨੀ ਹੋਵੇ ਤਾਂ। ਅਤੇ ਦੋਸਤੋ, ਜਦ ਮੈਂ ਦੇਖਿਆ ਵੀ ਇਹ ਛੜਾ ਕਰ ਚੁੱਕਾ ਹੈ ਡਾਇਰੈਕਟ, ਗਲਤੀ ਸੁਧਾਰਨੀ ਤਾਂ ਜ਼ਰੂਰੀ ਹੁੰਦੀ ਆ, ਕਿਉਂਕਿ ਇਸ ਫਿਲਮ ਦਾ ਵੀ ਸਟਾਈਲ ਥੋੜ੍ਹਾ ਛੜਾ ਵਾਂਗ ਹੀ ਸੀ। ਫਿਰ ਵੀ ਦਿਲਜੀਤ ਸੁਪਰ ਸਟਾਰ ਹੈ, ਫਿਲਮ ਸੁਪਰ ਹਿੱਟ ਹੈ ਔਰ ਫਿਲਮ ਵੱਡੀ ਕਮਾਈ ਕਰ ਰਹੀ ਹੈ। ਫਿਲਮ ਨੇ ਪਹਿਲੇ ਚਾਰ ਦਿਨਾਂ ਦੇ ਵੀਕਐਂਡ ਵਿੱਚ ਵਰਲਡ ਵਾਈਡ ਕੋਈ 45-46 ਕਰੋੜ ਦਾ ਕਾਰੋਬਾਰ ਕੀਤਾ ਹੈ। ਕੁਝ ਵੈਬਸਾਈਟਸ ਨੇ 45 ਕਰੋੜ ਦੱਸਿਆ ਆ, ਕੁਝ 46 ਦੱਸ ਰਹੇ ਆ। ਚਲੋ 45-46 ਇੱਕੋ ਹੀ ਗੱਲ ਆ। ਅਤੇ ਵੇਖਦੇ ਹਾਂ ਕਿ ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਈ ਕੈਰੀ ਔਨ ਜੱਟਾ 3 ਦੇ ਮੁਕਾਬਲੇ ਕਿਵੇਂ ਰਹਿੰਦੀ ਆ। ਜੇਕਰ ਪਹਿਲੇ ਵੀਕਐਂਡ ਦੀ ਗੱਲ ਕਰੀਏ ਤਾਂ ਜੱਟ ਐਂਡ ਜੂਲੀਅਟ 3 ਕੈਰੀ ਔਨ ਜੱਟਾ 3 ਨਾਲੋਂ 1.5 ਕਰੋੜ ਪਿੱਛੇ ਆ। ਪਹਿਲੇ ਚਾਰ ਦਿਨਾਂ ਦਾ ਹੀ ਉਹਦਾ ਵੀਕਐਂਡ ਸੀ, ਲੇਕਿਨ ਉਹਦੇ ਵੀਕਐਂਡ ਵਿੱਚ ਜਿਹੜਾ ਪਹਿਲਾ ਦਿਨ ਵੀਰਵਾਰ ਸੀ ਉਹ ਛੁੱਟੀ ਦਾ ਦਿਨ ਸੀ, ਅਤੇ ਛੁੱਟੀ ਵਾਲੇ ਦਿਨ ਤਾਂ ਓਪਨਿੰਗ ਕਾਫੀ ਵਧੀਆ ਲੱਗ ਜਾਂਦੀ ਆ।
ਤੇ ਦੋਸਤੋ ਦੂਜਾ ਕਾਰਨ ਆਪਾਂ ਇਸ ਦਾ ਕਲਕੀ ਨੂੰ ਵੀ ਕਹਿ ਸਕਦੇ ਹਾਂ। ਕਲਕੀ 1898 AD ਪੰਜ ਭਾਸ਼ਾਵਾਂ ਵਿੱਚ ਬਣੀ ਬਹੁਤ ਵੱਡੀ ਫਿਲਮ ਆ ਤੇ ਉਹ ਫਿਲਮ ਵੀ ਇਸੇ ਹਫ਼ਤੇ ਲੱਗੀ ਆ। ਉਹ ਹਿੰਦੀ ਵਿੱਚ ਵੀ ਡੱਬ ਹੋਈ ਸੀ ਤੇ ਉਸਦੇ ਹਿੰਦੀ ਵਰਜ਼ਨ ਨੇ ਵੀ ਬਹੁਤ ਵੱਡੀ ਕਮਾਈ ਕੀਤੀ ਹੈ। ਦੋਸਤੋ ਸਿਨੇਮੇ ਦੇ ਕੁਝ ਪਾਰਖੂਆਂ ਦਾ ਇਹ ਵੀ ਕਹਿਣਾ ਆ ਵੀ ਜੇਕਰ ਜੱਟ ਐਂਡ ਜੂਲੀਅਟ ਕਲਕੀ ਨਾਲ ਨਾ ਭਿੜਦੀ ਤਾਂ ਹੋ ਸਕਦਾ ਇਹ ਪਹਿਲੇ ਚਾਰ ਦਿਨਾਂ ਵਿੱਚ 50 ਕਰੋੜ ਦਾ ਅੰਕੜਾ ਵੀ ਪਾਰ ਕਰ ਜਾਂਦੀ। ਖੈਰ ਜੇ ਉੱਤੇ ਤਾਂ ਆਪਾਂ ਨੂੰ ਬਹੁਤੀ ਬਹਿਸ ਕਰਨੀ ਨਹੀਂ ਚਾਹੀਦੀ, ਜੋ ਹੋ ਗਿਆ ਸੋ ਹੋ ਗਿਆ। ਫਿਰ ਵੀ ਦਲਜੀਤ ਦੋਸਾਂਝ ਦੀ ਇਹ ਫਿਲਮ ਸੁਪਰ ਹਿੱਟ ਹੈ ਅਤੇ ਕੈਰੀ ਔਨ ਜੱਟਾਂ ਨਾਲ ਰੇਸ ਲਾ ਰਹੀ ਹੈ। ਦੋਸਤੋ ਹੁਣ ਕਲਕੀ 1898 AD ਦੀ ਵੀ ਗੱਲ ਕਰ ਲੈਂਦੇ ਹਾਂ। ਇਹ ਪੰਜ ਭਾਸ਼ਾਵਾਂ ਵਿੱਚ ਬਣੀ ਹੈ ਅਤੇ ਇਸ ਦਾ ਬਜਟ ਵੀ 600 ਕਰੋੜ ਰੁਪਏ ਦੱਸਿਆ ਜਾਂਦਾ ਹੈ। ਹੁਣ ਵਿਜੂਅਲ ਇਫੈਕਟ ਅਤੇ ਹੋਰ ਟੈਕਨੀਕ 'ਤੇ ਕਿੰਨਾ ਖਰਚਾ ਕੀਤਾ ਹੋਊ ਇਹਦੇ ਬਜਟ ਤੋਂ ਇਹਦਾ ਅੰਦਾਜ਼ਾ ਲਗਾਇਆ ਜਾ ਸਕਦਾ ਆ। ਫਿਲਮ ਦੀ ਸਟਾਰ ਕਾਸਟ ਵੀ ਬਹੁਤ ਵੱਡੀ ਹੈ। ਸਾਊਥ ਦਾ ਸੁਪਰ ਸਟਾਰ ਪ੍ਰਭਾਸ ਇਸ ਦਾ ਹੀਰੋ ਹੈ, ਨਾਲ ਦੀਪਿਕਾ ਪਾਦੂਕੋਣ ਹੈ। ਅਮਿਤਾਭ ਬੱਚਨ ਅਤੇ ਕਮਲ ਹਾਸਨ ਨੇ ਵੀ ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ ਅਤੇ ਫਿਲਮ ਨੂੰ ਬੜੀ ਵੱਡੀ ਓਪਨਿੰਗ ਲੱਗੀ ਹੈ। 4 ਦਿਨਾਂ ਵਿੱਚ ਹੀ ਇਸ ਫਿਲਮ ਨੇ 555 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਹ ਵਰਲਡ ਵਾਈਡ ਕਾਰੋਬਾਰ ਹੈ। ਅਤੇ ਜੇਕਰ ਹਿੰਦੀ ਦੇ ਵਰਜਨ ਦੀ ਗੱਲ ਕਰੀਏ ਤਾਂ ਇਸ ਦੇ ਹਿੰਦੀ ਵਰਜਨ ਨੇ ਵੀ ਪਹਿਲੇ 4 ਦਿਨਾਂ ਵਿੱਚ 123 ਕਰੋੜ ਦਾ ਕਾਰੋਬਾਰ ਕੀਤਾ। ਇਹ ਸਿਰਫ ਭਾਰਤ ਵਿਚਲਾ ਕਾਰੋਬਾਰ ਹੀ ਹੈ ਅਤੇ ਜਿਹੜੀ 555 ਦੀ ਫਿਗਰ ਮੈਂ ਦਿੱਤੀ ਆ ਉਹ ਸਾਰੀਆਂ ਭਾਸ਼ਾਵਾਂ ਦੀ ਕਮਾਈ ਜਮ੍ਹਾਂ ਕਰਕੇ ਹੈ, ਕਿਉਂਕਿ ਇਹ ਫਿਲਮ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਵੀ ਰਿਲੀਜ਼ ਹੋਈ ਹੈ ਅਤੇ 5ਵੀਂ ਭਾਸ਼ਾ ਹਿੰਦੀ ਸੀ। ਅਤੇ ਦੋਸਤੋ ਸਾਊਥ ਨਾਲ ਤਾਂ ਬੋਲੀਵੁੱਡ ਵੀ ਮੁਕਾਬਲਾ ਨਹੀਂ ਕਰ ਸਕਦਾ, ਔਰ ਸਾਊਥ ਵਾਲੇ ਤਾਂ ਹੁਣ ਹੋਲੀਵੁੱਡ ਨਾਲ ਵੀ ਟੱਕਰਾਂ ਮਾਰਨ ਨੂੰ ਫਿਰਦੇ ਆ। ਅਤੇ ਸਿਨੇਮੇ ਦੀ ਕਾਰਗੁਜ਼ਾਰੀ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਜਿੰਨਾ ਕੁ ਕਾਰੋਬਾਰ ਜੱਟ ਐਂਡ ਜੂਲੀਅਟ ਨੇ ਪੰਜਾਬ ਵਿੱਚ ਕੀਤਾ ਉਹਦੇ ਨੇੜੇ ਤੇੜੇ ਕਲਕੀ ਨੇ ਵੀ ਪੰਜਾਬ ਵਿੱਚ ਕਰ ਲਿਆ ਸੀ, ਭਾਵ ਉੱਥੇ ਟੱਕਰ ਆਹਮੋ ਸਾਹਮਣੇ ਰਹੀ ਆ। ਅਤੇ ਜੇ ਦੋ ਵੱਡੀਆਂ ਫਿਲਮਾਂ ਦੀ ਟੱਕਰ ਆਪਸ ਵਿੱਚ ਨਾ ਹੋਵੇ ਤਾਂ ਫਾਇਦਾ ਤਾਂ ਹੁੰਦਾ ਹੀ ਹੁੰਦਾ ਹੈ। ਚਲੋ ਨਫੇ ਨੁਕਸਾਨ ਚੱਲਦੇ ਆ ਅਤੇ ਇਹ ਦੋਨੋਂ ਹੀ ਫਿਲਮਾਂ ਹਿੱਟ ਹਨ ਅਤੇ ਦੋਹਾਂ ਦੇ ਪ੍ਰੋਡਿਊਸਰਾਂ ਨੂੰ ਬਹੁਤ ਬਹੁਤ ਵਧਾਈ। ਦੋਸਤੋ ਮੁੰਜੁਆ ਹਾਲੇ ਵੀ ਡਟੀ ਹੋਈ ਆ, ਭੂਤਾਂ ਦੇ ਉੱਤੇ ਸੀ ਅਤੇ ਇਹ ਭੂਤ ਨੇ ਵੀ ਹੁਣ ਤੱਕ 95 ਕਰੋੜ ਅਤੇ 45 ਲੱਖ ਦਾ ਬਿਜ਼ਨਸ ਕਰ ਲਿਆ ਹੈ ਅਤੇ ਲੱਗਦਾ ਹੈ ਕਿ ਇਹ ਵੀ 100 ਕਰੋੜ ਨੂੰ ਹੱਥ ਲਾ ਕੇ ਹੀ ਹਟੂਗੇ। ਕਲਕੀ ਦਾ ਅਸਰ ਤਾਂ ਪਿਆ ਆ ਪਰ ਫਿਰ ਵੀ ਫਿਲਮ ਕਈ ਜਗ੍ਹਾ ਚੱਲ ਰਹੀ ਹੈ। ਅਤੇ ਦੋਸਤੋ ਅੰਤ ਵਿੱਚ ਇੱਕ ਉਦਾਸ ਖਬਰ ਵੀ ਹੈ, ਸਾਡੇ ਪੰਜਾਬੀ ਦੇ ਬੜੇ ਹਰਮਨ ਪਿਆਰੇ ਕਲਾਕਾਰ ਚਰਨਜੀਤ ਸੰਧੂ ਹੋਰਾਂ ਦਾ ਦੇਹਾਂਤ ਹੋ ਗਿਆ। ਦੇਹਾਂਤ ਤੋਂ 1 ਦਿਨ ਪਹਿਲਾਂ ਹੀ ਉਹ ਬਠਿੰਡੇ ਆਏ ਸੀ, ਬਠਿੰਡੇ ਦੇ ਰਹਿਣ ਵਾਲੇ ਸੀ ਅਤੇ ਪੱਕੇ ਤੌਰ 'ਤੇ ਉਹਨਾਂ ਦੀ ਰਿਹਾਇਸ਼ ਗ੍ਰੇਟਰ ਲੰਡਨ ਦੇ ਹੇਜ਼ ਏਰੀਏ ਵਿੱਚ ਸੀ। ਪੰਜਾਬੀ ਫਿਲਮਾਂ ਨਾਲ ਉਹਨਾਂ ਦਾ ਬੜਾ ਲਗਾਅ ਸੀ, ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ, ਹਾਲਾਂਕਿ ਉਹਨਾਂ ਨੂੰ ਕੋਈ ਬਹੁਤਾ ਵੱਡਾ ਰੋਲ ਨਹੀਂ ਮਿਲਿਆ ਪਰ ਬਹੁਤ ਸਾਰੇ ਲੋਕ ਉਹਨਾਂ ਨੂੰ ਜਾਣਦੇ ਸੀ। ਬੜੇ ਹਰਮਨ ਪਿਆਰੇ ਸੀ, ਮਿਲਨਸਾਰ ਸੀ। ਮੇਰੀ ਉਹਨਾਂ ਨਾਲ ਮੁਲਾਕਾਤ ਤਾਂ ਨਹੀਂ ਹੋਈ ਪਰ 10-15 ਦਿਨੀ ਉਹਨਾਂ ਨਾਲ ਫੋਨ 'ਤੇ ਰਾਬਤਾ ਜ਼ਰੂਰ ਕਾਇਮ ਹੋ ਜਾਂਦਾ ਸੀ ਅਤੇ ਸਿਨੇਮੇ ਦੀਆਂ ਗੱਲਾਂ ਕਰੀਦੀਆਂ ਸੀ, ਹਾਸਾ ਮਜ਼ਾਕ ਕਰੀਦਾ ਸੀ। ਅਤੇ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਮੈਂ ਲੰਡਨ ਵਾਲੇ ਆਪਣੇ ਮਿੱਤਰ ਸ਼ਿਵਚਰਨ ਜੱਗੀ ਗੁੱਸਾ, ਜੋ ਕਿ ਇੱਕ ਬਹੁਤ ਵੱਡਾ ਨਾਵਲਕਾਰ ਹੈ, ਉਹਦੇ ਨਾਲ ਸੰਪਰਕ ਕਾਇਮ ਕੀਤਾ ਅਤੇ ਉਸਨੇ ਜੋ ਦੱਸਿਆ ਬਹੁਤ ਹੈਰਾਨੀਜਨਕ ਸੀ। ਜੱਗੀ ਨੇ ਦੱਸਿਆ ਕਿ ਚਰਨਜੀਤ ਸੰਧੂ ਹੋਰਾਂ ਦੀ ਬਾਈਪਾਸ ਸਰਜਰੀ ਹੋ ਚੁੱਕੀ ਸੀ ਕਈ ਸਾਲ ਪਹਿਲਾਂ,
ਤੇ ਉਹਦੇ ਤੋਂ ਬਾਅਦ ਵੀ ਪਿਛਲੇ ਸਾਲ ਉਹ ਹਸਪਤਾਲ ਗਏ ਸਨ ਤੇ ਉਹਨਾਂ ਦਾ ਇੰਡੀਆ ਆਉਣ ਦਾ ਮਕਸਦ ਵੀ ਇਹ ਹੀ ਸੀ ਕਿ ਉਹਨਾਂ ਦਾ ਕਿਸੇ ਕਾੜਾ ਪਿਲਾਉਣ ਵਾਲੇ ਨਾਲ ਸੰਪਰਕ ਹੋ ਗਿਆ ਸੀ ਤੇ ਆਪਣੇ ਫੈਮਿਲੀ ਨੂੰ ਦੱਸ ਕੇ ਆਏ ਸੀ ਮੈਂ ਤਾਂ ਇੱਕ ਕਾੜਾ ਬਣਵਾ ਕੇ ਪੀਣਾ ਆ ਤਾਂ ਕਿ ਮੈਂ ਅੰਗਰੇਜ਼ੀ ਇਲਾਜ ਤੋਂ ਛੁਟਕਾਰਾ ਪਾ ਸਕਾਂ ਤੇ ਮੁਕੰਮਲ ਤੌਰ ਤੇ ਠੀਕ ਹੋ ਕੇ ਵਾਪਸ ਆਉਣਾ। ਉਹ ਇੱਥੇ ਆਏ, ਹੁਣ ਪਤਾ ਨਹੀਂ ਕਾੜਾ ਪੀਤਾ ਕਿ ਨਹੀਂ ਪੀਤਾ ਜਾਂ ਹਾਲੇ ਮਿਲੇ ਵੀ ਨਹੀਂ, ਲੇਕਿਨ ਕਿਹਾ ਜਾਂਦਾ ਹੈ ਕਿ ਦੂਸਰੇ ਦਿਨ ਸ਼ਾਮ ਨੂੰ ਹੀ ਉਹਨਾਂ ਨੂੰ ਅਟੈਕ ਆਇਆ ਤੇ ਉਹ ਇਸ ਸੰਸਾਰ ਨੂੰ ਫਤਿਹ ਬੁਲਾ ਗਏ। ਐਤਵਾਰ ਨੂੰ ਸਾਰੇ ਪਰਿਵਾਰ ਦੇ ਇੱਥੇ ਪਹੁੰਚਣ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਹਨਾਂ ਦੇ ਤੁਰ ਜਾਣ ਦਾ ਬੜਾ ਅਫਸੋਸ ਹੈ ਤੇ ਨਾਲ ਹੀ ਇਹ ਵੀ ਅਫਸੋਸ ਹੈ ਕਿ ਆਹ ਜਿਹੜੇ ਕਾੜੇ ਪਿਲਾਉਣ ਵਾਲੇ ਤੇ ਆਹ ਜਿਹੜੇ ਨੁਸਖੇ ਤਿਆਰ ਕਰ ਕਰਕੇ ਫੇਸਬੁੱਕ ਉੱਤੇ ਤੇ ਸੋਸ਼ਲ ਮੀਡੀਆ ਉੱਤੇ ਲੋਕਾਂ ਦਾ ਇਲਾਜ ਕਰਨ ਲੱਗੇ ਹੋਏ ਹਨ, ਇਹ ਸਾਰੇ ਨੀਮ ਹਕੀਮ ਹਨ। ਅਸੀਂ ਵੀ ਇਹਨਾਂ ਦੇ ਪਿੱਛੇ ਲੱਗ ਤੁਰਦੇ ਹਾਂ। ਮੈਨੂੰ ਜੱਗੀ ਨੇ ਦੱਸਿਆ ਕਿ ਇੱਕ ਬੰਦੇ ਨੇ ਕੋਈ ਨੁਸਖਾ ਦੱਸਿਆ ਤਾਂ ਉਹਨੇ ਉਹ ਨੁਸਖਾ ਅਮਰੀਕਾ ਵਿੱਚ ਆਪਣੇ ਇੱਕ ਡਾਕਟਰ ਦੋਸਤ ਕੋਲ ਭੇਜ ਦਿੱਤਾ ਵੀ ਇਹਦੇ ਬਾਰੇ ਦੱਸੋ। ਉਸ ਡਾਕਟਰ ਨੇ ਜਦ ਸਟੱਡੀ ਕੀਤਾ ਤੇ ਨਾਲ ਹੀ ਉਸ ਫੇਸਬੁੱਕੀਏ ਨੀਮ ਹਕੀਮ ਨਾਲ ਸੰਪਰਕ ਕਰਕੇ ਉਹਨੂੰ ਤਾੜਨਾ ਦਿੱਤੀ ਵੀ ਇਹ ਜੋ ਤੂੰ ਦੱਸਣ ਡਿਆ ਆ ਇਹ ਸਲੋ ਪੋਇਜ਼ਨ ਹੈ ਤੇ ਇਹਦੇ ਨਾਲ 2 ਸਾਲਾਂ ਵਿੱਚ ਬੰਦਾ ਖਤਮ ਹੋ ਜਾਵੇਗਾ ਤੇ ਤੇਰੇ ਉੱਤੇ ਇਹਦੇ ਬਾਰੇ ਕੇਸ ਵੀ ਕੀਤਾ ਜਾ ਸਕਦਾ ਆ। ਮੇਰੇ ਦੋਸਤ ਨੇ ਕਿਹਾ ਕਿ ਡਾਕਟਰ ਦੀ ਤਾੜਨਾ ਤੋਂ ਬਾਅਦ ਉਸ ਨੀਮ ਹਕੀਮ ਨੇ ਆਪਣਾ ਅਕਾਊਂਟ ਹੀ ਬੰਦ ਕਰ ਦਿੱਤਾ ਤੇ ਅੱਜ ਤੱਕ ਉਹ ਸੋਸ਼ਲ ਮੀਡੀਆ ਤੋਂ ਲਾਪਤਾ ਹੀ ਆ। ਦੋਸਤੋ, ਕਹਿਣ ਦਾ ਭਾਵ ਇਹ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਹਰ ਸਲਾਹ ਹਰ ਮਸ਼ਵਰਾ ਦੇਖ ਕੇ ਪੁੱਠੇ ਸਿੱਧੇ ਤਜਰਬੇ ਕਰਨ ਲੱਗ ਪੈਂਦੇ ਹਾਂ। ਇਹ ਨਹੀਂ ਕਰਨੇ ਚਾਹੀਦੇ। ਆਯੁਰਵੈਦਿਕ ਵੀ ਵਧੀਆ ਇਲਾਜ ਆ, ਪਰ ਪ੍ਰੋਪਰ ਆਯੁਰਵੇਦ ਵਾਲੇ ਡਾਕਟਰ ਤੋਂ ਕਰਵਾਉਣਾ ਚਾਹੀਦਾ ਆ ਤੇ ਸਾਡੀ ਤਰਾਸਦੀ ਦੇਖੋ ਤੇ ਇੱਥੇ ਸੋਸ਼ਲ ਮੀਡੀਆ ਤੇ ਹਰ ਕੋਈ ਡਾਕਟਰ ਬਣਿਆ ਫਿਰਦਾ ਆ। ਖੈਰ, ਚਰਨਜੀਤ ਸੰਧੂ ਚਲੇ ਗਏ, ਅਲਵਿਦਾ ਸੰਧੂ ਸਾਹਿਬ, ਤੁਹਾਨੂੰ ਮਿਸ ਕਰਦੇ ਰਹਾਂਗੇ। ਤੇ ਦੋਸਤੋ, ਅੰਤ ਵਿੱਚ ਮੈਂ ਇਹ ਵੀ ਦੱਸ ਦਿੰਦਾ ਹਾਂ ਕਿ ਇਸ ਹਫ਼ਤੇ ਪੰਜਾਬੀ ਦੀ ਕੋਈ ਫਿਲਮ ਨਹੀਂ ਲੱਗ ਰਹੀ, ਲੱਗਣੀ ਚਾਹੀਦੀ ਵੀ ਨਹੀਂ, ਐਵੇਂ ਸ਼ੇਰ ਦੇ ਮੂੰਹ ਵਿੱਚ ਫਸਣ ਵਾਲੀ ਗੱਲ ਹੋ ਜਾਂਦੀ ਆ। ਦਲਜੀਤ ਦੋਸਾਂਝ ਦੀ ਫਿਲਮ ਨੂੰ 2 ਹਫ਼ਤੇ ਤਾਂ ਚਾਹੀਦੇ ਹੀ ਆ ਤੇ ਇਹ ਵੀ ਪ੍ਰੋਡਿਊਸਰਾਂ ਦੀ ਸਿਆਣਪ ਆ। ਤੇ ਇਸ ਹਫ਼ਤੇ ਹਿੰਦੀ ਦੀ ਵੀ ਇੱਕ ਫਿਲਮ ਲੱਗ ਰਹੀ ਆ, ਫਿਲਮ ਦਾ ਟਾਈਟਲ ਕਿੱਲ ਹੈ। ਹਾਲਾਂਕਿ ਪ੍ਰੋਡਿਊਸਰਾਂ ਵਿੱਚ ਕਰਨ ਜੌਹਰ ਦਾ ਵੀ ਨਾਂ ਆ, ਪਰ ਸਟਾਰਕਾਸਟ ਨਵੀਂ ਜਿਹੀ ਆ ਤੇ ਇਹੋ ਜਿਹੀ ਫਿਲਮ ਤਾਂ ਮੈਂ ਖੁਦ ਵੀ ਨਹੀਂ ਵੇਖਣੀ। ਇਹ ਵੀ ਮੈਨੂੰ ਲੱਗਦਾ ਹੈ ਕਿ ਐਡਜਸਟਮੈਂਟ ਲਈ ਬਣਾਈ ਗਈ ਫਿਲਮ ਆ। ਯਸ਼ ਚੋਪੜਾ ਵੀ ਬਹੁਤ ਫਿਲਮਾਂ ਬਣਾਉਂਦਾ ਹੁੰਦਾ ਸੀ ਪ੍ਰੋਫਿਟ ਨੂੰ ਐਡਜਸਟ ਕਰਨ ਲਈ, ਤੇ ਹੋ ਸਕਦਾ ਕਰਨ ਜੌਹਰ ਵੀ ਇਹ ਕੁਛ ਕਰਦਾ ਹੋਵੇ। ਤੇ ਦੋਸਤੋ, ਅਗਲਾ ਹਫ਼ਤਾ ਖਾਲੀ ਹੈ, ਪਰ ਆਪਣੇ ਲਈ ਖਾਲੀ ਨਹੀਂ। ਮੈਂ ਸਾਲ 2024 ਦੇ ਪਹਿਲੇ 6 ਮਹੀਨਿਆਂ ਦਾ ਪੰਜਾਬੀ ਸਿਨੇਮੇ ਦਾ ਲੇਖਾ ਜੋਖਾ ਲੈ ਕੇ ਆ ਰਿਹਾ ਹਾਂ ਤੇ ਉਸਦੇ ਨਾਲ ਹੀ 6 ਮਹੀਨਿਆਂ ਦੀ ਬਾਲੀਵੁੱਡ ਦੀ ਕਾਰਗੁਜ਼ਾਰੀ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗਾ। ਇਸ ਲਈ ਤੁਹਾਨੂੰ ਬੇਨਤੀ ਆ ਕਿ ਜੇਕਰ ਅਜੇ ਤੱਕ ਤੁਸੀਂ ਸਾਡੇ ਸਬਸਕ੍ਰਾਈਬਰ ਨਹੀਂ ਬਣੇ ਤੇ ਜਾਂਦੇ ਜਾਂਦੇ ਘੰਟੀ ਤੇ ਉਂਗਲੀ ਜ਼ਰੂਰ ਲਾਉਂਦੇ ਜਾਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।